ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੁਸ਼ ਵੇਖ ਰਹੇ ਹੋ ਤੁਸੀਂ, ਮੈਂ ਹਾਂ ਨੀਰਜ ਕੁਮਾਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪੰਜਾਬ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲੈਂਦੇ ਹੋਏ 2 ਅਗਸਤ ਤੋਂ ਜੋ ਸਕੂਲ ਸੀ ਉਹਨਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਵੀ ਮੌਜੂਦ ਹਾਂ ਦੇਸੂ ਮਾਜਰਾ ਦੇ ਸਰਕਾਰੀ ਸਕੂਲ ਦੇ ਵਿੱਚ, ਜਿੱਥੇ ਕਿ ਕਲਾਸਾਂ ਲੱਗ ਰਹੀਆਂ ਨੇ। ਹਾਲਾਂਕਿ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਲਾਸਾਂ ਦੀਆਂ ਕਿ ਕਿਸ ਤਰੀਕੇ ਦੇ ਨਾਲ ਟੀਚਰਸ ਨੇ ਪੂਰੀ ਕੋਵਿਡ ਦੇ ਜੋ ਪ੍ਰੋਟੋਕੋਲ ਦਿੱਤਾ ਗਿਆ ਸਿਹਤ ਵਿਭਾਗ ਵੱਲੋਂ, ਸਰਕਾਰ ਵੱਲੋਂ, ਉਸਨੂੰ ਬਖੂਬੀ ਜੋ ਹੈ ਉਸਨੂੰ ਫੋਲੋ ਕਰ ਰਹੇ ਨੇ। ਸੋ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਠੇ ਨੇ, ਮਾਸਕ ਲਗਾ ਕੇ ਅਤੇ ਸਿੰਗਲ ਬੈਂਚ ਦੇ ਉੱਤੇ ਹੀ ਬੱਚੇ ਬੈਠੇ ਨੇ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਸਰਕਾਰੀ ਸਕੂਲ ਦੀਆਂ, ਜਿਸ ਦੇ ਵਿੱਚ ਆਪਾਂ ਕੁਝ ਸਟੂਡੈਂਟਸ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕਾਫੀ ਲੰਬੇ ਸਮੇਂ ਬਾਅਦ ਜੋ ਨੇ ਉਹ ਸਕੂਲ ਦੇ ਵਿੱਚ ਆਏ ਨੇ ਅਤੇ ਉਹਨਾਂ ਦੀ ਜੋ ਮਾਨਸਿਕਤਾ ਦੇ ਉੱਤੇ ਹੈ ਕੀ ਇਫੈਕਟ ਪਿਆ, ਕਿਉਂਕਿ ਆਪਾਂ ਲਗਾਤਾਰ ਦੇਖ ਰਹੇ ਸੀਗੇ ਕਿ ਔਨਲਾਈਨ ਪੜ੍ਹਾਈ ਜੋ ਹੈ ਉਹ ਚੱਲ ਰਹੀ ਸੀਗੀ। ਇਸ ਤੋਂ ਇਲਾਵਾ ਕੁਝ ਸਟੂਡੈਂਟਸ ਬੈਠੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ। ਬੱਚੇ, ਕੀ ਨਾਮ ਹੈ ਤੁਹਾਡਾ? ਰੋਸ਼ਨੀ। ਅਤੇ ਅੱਜ ਤੁਸੀਂ ਇੰਨੇ ਦਿਨਾਂ ਬਾਅਦ ਸਕੂਲ ਆਏ ਹੋ, ਕਿਵੇਂ ਤਾਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ ਮੈਨੂੰ ਸਕੂਲ। ਔਨਲਾਈਨ ਪੜ੍ਹਾਈ ਵਧੀਆ ਸੀ ਜਾਂ ਸਕੂਲ ਦੇ ਵਿੱਚ ਆਉਣਾ? ਸਕੂਲ ਮੈਂ ਆ ਕੇ। ਅੱਛਾ, ਤਾਂ ਔਨਲਾਈਨ ਪੜ੍ਹਾਈ ਅੱਛੀ ਨਹੀਂ ਸੀ? ਔਨਲਾਈਨ ਪੜ੍ਹਾਈ ਮੈਂ ਸਮਝ ਨਹੀਂ ਆਤਾ, ਪਰ ਮੈਡਮ ਜੋ ਸਮਝਾਤੇ ਸਕੂਲ ਮੈਂ ਆ ਕੇ ਤਾਂ ਸਮਝ ਆ ਜਾਤੇ। तो आगे आप कैसे काम कर रहे हो कि आप क्या लगता है कि ऑनलाइन पढ़ाई में, जैसे आपने देखा कि टीचर्स खुद पढ़ाते थे, और यहाँ पर आके क्या अंतर क्या है इसमें? क्योंकि ऑफलाइन में सब समझ भी आता है अच्छी तरीके से, बोर्ड में समझाते मैडम, और ऑनलाइन में सिर्फ मैडम समझाते हैं तो समझ नहीं आता। ऑफलाइन में मैम बोर्ड में समझाते हैं तो समझ भी आता है। तो ये तुसी देख सकते हो कि बच्चे भी पूरे खुश ने, ਅਤੇ ਜੋ ਇਹਨਾਂ ਵੱਲੋਂ ਮਾਸਕ ਲਗਾ ਕੇ ਜੋ ਹੈ ਸੈਨੀਟਾਈਜ਼ਰ, ਜਿਸ ਤਰੀਕੇ ਨਾਲ ਕਿਹਾ ਗਿਆ ਕਿ ਪਹਿਲਾਂ ਸੈਨੀਟਾਈਜ਼ ਕੀਤਾ ਜਾਏਗਾ ਬੈਂਚ ਨੂੰ, ਉਸ ਤੋਂ ਬਾਅਦ ਹੀ ਬੱਚੇ ਬੈਠਣਗੇ। ਇੱਥੇ ਸਾਡੇ ਨਾਲ ਟੀਚਰ ਸਾਹਿਬਾਨ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੈਮ, ਅੱਜ ਬੱਚੇ ਆਏ ਨੇ, ਕਿਵੇਂ ਦਾ ਮਹਿਸੂਸ ਕਰ ਰਹੇ? ਬਹੁਤ ਅੱਛਾ ਲੱਗ ਰਿਹਾ ਸਾਨੂੰ, ਕਿਉਂਕਿ ਔਨਲਾਈਨ ਨਾਲ ਸਾਡੀ ਕੋਈ ਇਹਨਾਂ ਨਾਲ ਰੈਪੋ ਨਹੀਂ ਬਣ ਰਹੀ ਸੀ, ਅਸੀਂ ਇੰਟਰੈਕਸ਼ਨ ਨਹੀਂ ਹੋ ਰਿਹਾ ਸੀ, ਕਿਉਂਕਿ ਟੀਚਿੰਗ ਦੇ ਵਿੱਚ ਬੱਚਿਆਂ ਦੀ ਇੰਟਰੈਕਸ਼ਨ, ਕਮਿਊਨੀਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਵਨ ਸਾਈਡਡ ਹੋ ਚੁੱਕੇ ਸੀਗੇ ਔਨਲਾਈਨ ਕਲਾਸਿਸ ਦੇ ਵਿੱਚ, ਬੱਚਿਆਂ ਦਾ ਜਿਹੜਾ ਰਿਸਪੋਂਸ ਸੀਗਾ ਉਹ ਸਾਨੂੰ ਨਹੀਂ ਪੂਰਾ ਮਿਲ ਰਿਹਾ ਸੀ। ਨਾਲੇ ਮੋਰਓਵਰ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਉਹ ਗਰੀਬ ਹੈ ਕਾਫੀ ਜ਼ਿਆਦਾ, ਉਹ ਅਫੋਰਡ ਵੀ ਨਹੀਂ ਕਰ ਪਾਉਂਦੇ ਸੀ ਸਮਾਰਟਫੋਨਸ ਦੀ, ਅਤੇ ਇਸ ਕਰਕੇ ਵੀ ਸਾਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਸੀ, ਪਰ ਹੁਣ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਬੱਚੇ ਆ ਰਹੇ ਹੈ। ਅਤੇ ਹਾਂਜੀ, ਅਸੀਂ ਜੀ ਇਸ ਬੱਚਿਆਂ ਨੂੰ ਆਉਣ ਤੋਂ ਪਹਿਲਾਂ ਸੈਨੀਟਾਈਜ਼ ਕੀਤੇ ਸੀ ਪੂਰੇ ਰੂਮ। ਹਾਂਜੀ, ਬੱਚਿਆਂ ਨੂੰ ਪ੍ਰੀਕੋਸ਼ਨਸ ਅਸੀਂ ਲੈ ਰਹੇ ਹਾਂ, ਜਿਵੇਂ ਵਾਟਰ ਬੋਟਲਸ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਆਪਣਾ ਲੈਣੀ ਹੈ, ਅਤੇ ਖਾਣਾ ਇੱਕ ਦੂਸਰੇ ਨਾਲ ਸ਼ੇਅਰ ਨਹੀਂ ਕਰਨਾ, ਮਾਸਕ ਲਗਾ ਕੇ ਰੱਖਣਾ, ਅਤੇ ਬੱਚੇ ਜਦੋਂ ਵੀ ਬਾਹਰ ਜਾ ਰਹੇ ਹਾਂ ਅਸੀਂ ਸੈਨੀਟਾਈਜ਼ਰਸ ਰੱਖੇ ਹੋਏ ਹੈ ਉਹ ਯੂਜ਼ ਕਰ ਰਹੇ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਇੱਥੇ ਜੋ ਲੜਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸੋ ਉਹਨਾਂ ਦੇ ਵੀ ਦੇਖ ਲੈਂਦੇ, ਕਿਉਂਕਿ ਦੇਖਿਆ ਜਾਂਦਾ ਕਿ ਆਖਿਰ ਲੜਕੇ ਜੋ ਨੇ ਉਹ ਖੇਡਾਂ ਦੇ ਵੱਲ ਜ਼ਿਆਦਾ ਹੁੰਦੇ ਨੇ, ਪੜ੍ਹਾਈ ਦੇ ਵੱਲ ਘੱਟ ਹੁੰਦੇ ਨੇ, ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰੇ, ਤੁਸੀਂ ਅੱਜ ਆਏ ਹੋ ਇੱਥੇ, ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਵੀਰ ਜੀ। ਅਤੇ ਔਨਲਾਈਨ ਪੜ੍ਹਾਈ ਵਧੀਆ ਲੱਗਦੀ ਸੀ ਜਾਂ ਫਿਰ ਇੱਥੇ ਆ ਕੇ ਵਧੀਆ? ਇੱਥੇ ਆ ਕੇ ਵਧੀਆ ਲੱਗਦਾ ਵੀਰ ਜੀ। ਅਤੇ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੁਣ ਕਰੋਨਾ ਵਧੇਗਾ ਜਾਂ ਘਟੇਗਾ? ਜੀ, ਇਹ ਤਾਂ ਪਤਾ ਨਹੀਂ ਜੀ, ਇਹ ਤਾਂ ਸਮਾਂ ਦੱਸੇਗਾ ਜੀ। ਹਾਂਜੀ, ਅਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ, ਕੀ ਫਰਕ ਹੈ ਔਨਲਾਈਨ ਪੜ੍ਹਾਈ 'ਚ ਔਰ ਇੱਥੇ ਪ੍ਰੈਕਟੀਕਲ ਪੜ੍ਹਾਈ ਦੇ ਵਿੱਚ? ਪ੍ਰੈਕਟੀਕਲ ਵਧੀਆ ਹੈ ਜੀ, ਔਨਲਾਈਨ ਤਾਂ ਸਮਝ ਨਹੀਂ ਆਉਂਦਾ ਜੀ, ਔਨਲਾਈਨ ਦੇ ਵੀ ਸਮਝ ਨਹੀਂ ਸੀ ਲੱਗਦਾ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਔਨਲਾਈਨ ਪੜ੍ਹਾਈ ਦੇ ਬਾਰੇ ਕਹਿ ਰਹੇ ਨੇ ਕਿ ਬਿਲਕੁਲ ਵੀ ਸਮਝ ਨਹੀਂ ਸੀ ਲੱਗਦਾ। ਇਸ ਤੋਂ ਇਲਾਵਾ ਹੋਰ ਵੀ ਇੱਥੇ ਜੋ ਟੀਚਰਸ ਨੇ, ਇੱਥੇ ਦੇ ਪ੍ਰਿੰਸੀਪਲ ਸਾਹਿਬਾਨ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਜੋ ਸਿਹਤ ਵਿਭਾਗ ਵੱਲੋਂ, ਸਰਕਾਰ ਵੱਲੋਂ ਜੋ ਨੇ ਉਹ ਗਾਈਡਲਾਈਨਸ ਆਈਆਂ ਨੇ। ਸੋ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਸਾਹਿਬਾਨ ਜੋ ਨੇ ਇਸ ਸਕੂਲ ਦੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੀ ਗਾਈਡਲਾਈਨ ਜੋ ਨੇ ਉਹ ਸਰਕਾਰ ਵੱਲੋਂ ਆਈਆਂ ਨੇ। ਸਭ ਤੋਂ ਪਹਿਲਾਂ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਮੈਮ, ਕਿਸ ਤਰੀਕੇ ਦੀ ਇੰਸਟਰਕਸ਼ਨਸ ਆਈਆਂ? ਗਵਰਨਮੈਂਟ ਵੱਲੋਂ ਇੰਸਟਰਕਸ਼ਨਸ ਹੈ ਕਿ ਸਾਰੇ ਬੱਚਿਆਂ ਨੇ ਮਾਸਕ ਪਾਇਆ ਹੋਣਾ ਚਾਹੀਦਾ, ਔਰ 2 ਗਜ਼ ਦੀ ਦੂਰੀ ਮੈਂਟੇਨ ਕਰਕੇ ਰੱਖਣੀ ਹੈ, ਹੈਂਡ ਸੈਨੇਟਾਈਜ਼ਰ ਯੂਜ਼ ਕਰਨਾ, ਔਰ ਸੋਸ਼ਲ ਡਿਸਟੈਂਸਿੰਗ ਪਲੱਸ ਮਤਲਬ ਕਲਾਸਿਸ ਦੇ ਵਿੱਚ ਵੀ ਅਸੀਂ ਪ੍ਰੋਪਰ ਡਿਸਟੈਂਸਿੰਗ ਰੱਖੀ ਹੋਈ ਹੈ, ਤੁਸੀਂ ਦੇਖਿਆ ਹੀ ਹੋਇਆ, ਅਤੇ ਅਸੀਂ ਸਾਰਿਆਂ ਨੂੰ ਮਤਲਬ ਇਹੀ ਕਹਾਂਗੇ ਕਿ ਅਸੀਂ ਸਾਰੀਆਂ ਗਾਈਡਲਾਈਨਸ ਫੋਲੋ ਔਨ ਕਰ ਰਹੇ ਹਾਂ। ਅਤੇ ਮੈਮ, ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਅੱਜ ਬੱਚੇ ਆਏ ਨੇ ਸਕੂਲ ਦੇ ਵਿੱਚ, ਰੌਣਕਾਂ ਦੁਆਰ ਤੋਂ ਕਹਿ ਸਕਦੇ ਹਾਂ ਕਿ ਪਰਤੀਆਂ ਨੇ, ਕਿਵੇਂ ਦੇਖ ਰਹੇ ਹੋ? ਸਾਨੂੰ ਬਹੁਤ ਅੱਛਾ ਲੱਗ ਰਿਹਾ, ਅਸੀਂ ਵੀ ਆਰ ਈਗਰਲੀ ਵੇਟਿੰਗ ਫੋਰ ਦਿਸ ਥਿੰਗ, ਬਿਕੋਜ਼ ਇਹ ਸੀ ਕਿ ਬੱਚੇ ਔਨਲਾਈਨ ਪੜ੍ਹਦਾ ਰਹੇ ਸੀ, ਪਰ ਔਨਲਾਈਨ ਕਿਉਂਕਿ ਸਾਡੇ ਕੋਲ ਜੋ ਬੱਚੇ ਹੁੰਦੇ ਆ ਮੋਸਟਲੀ ਗਰੀਬ ਤਬਕੇ ਦੇ ਹੁੰਦੇ ਆ, ਅਤੇ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਸੋਰਸਿਸ ਨਹੀਂ ਹੁੰਦਾ ਕਿ ਉਹ ਡਾਟਾ ਬਾਰ ਬਾਰ ਰੀਚਾਰਜ ਕਰਵਾ ਸਕਣ, ਤਾਂ ਹੁਣ ਅਸੀਂ ਜਦੋਂ ਬੱਚਿਆਂ ਦੇ ਸਨਮੁੱਖ ਹੋ ਰਹੇ ਹਾਂ, ਉਹਨਾਂ ਨੂੰ ਪੜ੍ਹਾ ਰਹੇ ਹਾਂ, ਤਾਂ ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਔਰ ਬੱਚੇ ਵੀ ਬਹੁਤ ਜ਼ਿਆਦਾ ਐਕਸਾਈਟਡ ਹੈ। ਕੀ ਲੱਗਦਾ ਕਿ ਔਨਲਾਈਨ ਸਟੱਡੀ ਦੇ ਵਿੱਚ, ਅਸੀਂ ਜਿਸ ਤਰੀਕੇ ਨਾਲ ਬੱਚਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਔਨਲਾਈਨ ਸਟੱਡੀ ਦੇ ਨਾਲੋਂ ਕਿਤੇ ਵਧੀਆ ਪ੍ਰੈਕਟੀਕਲ ਇੱਥੇ ਆ ਕੇ ਬੈਠਣਾ? ਮੈਮ, ਆਖਿਰ ਕੀ ਵਜ੍ਹਾ ਰਹੀ ਹੈ ਕਿ ਔਨਲਾਈਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰੇਸ਼ਾਨੀਆਂ ਆਉਂਦੀਆਂ? ਔਨਲਾਈਨ ਦੇ ਵਿੱਚ ਇਹ ਹੁੰਦਾ ਸੀ ਜੀ, ਸਾਡੇ ਕੋਲ 36
पेड क्योंकि टीचर्स नू भी डेली असी ऑनलाइन क्लासेस ले रहे सी तां उन्हां लई भी अरेंज करना मुश्किल सी। और दूसरी चीज़ ये कि बच्चों के घर के कई बार नैटवर्क टावर नहीं सी हुंदा तां काफ़ी साढ़े जिहड़े बच्चे सी ओह वांझे रह जांदे सी सिक्ख्या तों। तो इस करके हुण जदों ऑफलाइन असी स्कूल शुरू किए हैं तो साढ़े कोल सारे बच्चे आणगे और जिवें अज भी साढ़े स्कूल की जो स्ट्रेंथ है 250 दे नियर अबाउट है तो ये की होएगा कि साढ़े बच्चों ज़्यादा तो ज़्यादा मौके मिलेंगे ग्रो करन दे और शाइन करन दे। किहड़ी क्लास तो बच्चे बुलाए गए ने किन्नवीं क्लास तक बुलाए गए? जो साढ़े कोल सरकार वालों पत्र जारी होया सी प्री प्राइमरी तो 12वीं तक के बच्चों लिए जारी होया सी। साडा स्कूल हाई स्कूल है तो 6वीं तो लैके 10वीं तक। सो बहुत बहुत धन्यवाद मैम। सो ये देखिए किस तरीके दे नाल प्रिंसिपल मैम ने दस्या कि जो सरकार वालों गाइडलाइनस आई ने कि उस दे विच उन्होंने कहा है कि बच्चों नू सोशल डिस्टेंसिंग सैनेटाइज के प्रयोग के लिए दस्या गया। इस तो इलावा उन्होंने प्रैक्टिकल वर्क के विच भी दस्या कि किस तरीके दे नाल फर्क पैंदा ऑनलाइन दे नालों। इस तो इलावा बने रहो खबरों के नाल निरपक पोस्ट चंडीगढ़। पंजाब अते पंजाबीयत नाल जुड़िया हर मुद्दा हर खबर निरपक्ष तरीके नाल तुहाडे तक पहुंचण दी कोशिश विच तुसी वी देवो साडा साथ। तां हुणे लाइक करो साडा फेसबुक पेज, सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट खबर दी निरपक्ष आवाज। विजिट करो www.nirpakhpost.com।